कितनी तकलीफ मुसलमानों को हो कि हम दूर से देख सके मदीना को लेकिन जा ना सके। ये कॉरिडोर इंटीग्रेटेड चेक पोस्ट हर दिन हजारों श्रद्धालुओं की सेवा करेगा। ये एक हम दोनों कंट्रीज के गुड रिलेशंस के लिए एक बहुत बड़ा फैक्टर है। ਅਸੀਂ ਧੰਨਵਾਦ ਕਰਦੇ ਦੋਵੇਂ ਸਰਕਾਰਾਂ ਦਾ ਜਿਨ੍ਹਾਂ ਨੇ ਮਿਲ ਜੁਲ ਕੇ ਜੋ ਉਪਰਾਲਾ ਕੀਤਾ ਹੈ। ਅੱਜ ਇੰਨੀ ਮਨ 'ਚ ਖੁਸ਼ੀ ਹੈ ਨਾ ਜਿਹਦਾ ਹਿਸਾਬ ਕੋਈ ਨਹੀਂ। ਆਰ ਨਾਨਕ ਪਾਰ ਨਾਨਕ, ਹਰ ਪਾਸੇ ਉਸ ਬਾਬੇ ਨਾਨਕ ਦੀ ਕਿਰਪਾ। ਕਹਿੰਦੇ ਨੇ ਕਿ ਰੱਬ ਦੇ ਦਰ 'ਤੇ ਮੰਗੀ ਹਰ ਮੁਰਾਦ ਪੂਰੀ ਹੁੰਦੀ ਹੈ ਜੇਕਰ ਸੱਚੇ ਦਿਲ ਦੇ ਨਾਲ ਅਰਦਾਸ ਕੀਤੀ ਗਈ ਹੋਵੇ। ਸਿੱਖ ਹਰ ਰੋਜ਼ ਅਰਦਾਸ ਦੇ ਵਿੱਚ ਪੰਥ ਤੋਂ ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਦਾ ਜ਼ਿਕਰ ਕਰਦੇ ਨੇ ਅਤੇ ਅਰਦਾਸ ਰੱਬ ਦੀ ਦਰਗਾਹ ਦੇ ਵਿੱਚ ਮੁਕੰਮਲ ਵੀ ਹੋਈ ਜਦੋਂ 9 ਨਵੰਬਰ 2019 ਨੂੰ ਭਾਰਤ ਸਰਕਾਰ ਅਤੇ ਪਾਕਿਸਤਾਨ ਵਾਲੇ ਪਾਸਿਓਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਲਾਂਘਾ ਸਭ ਦੇ ਲਈ ਖੋਲ੍ਹ ਦਿੱਤਾ ਗਿਆ। ਇਸ 4 ਕਿਲੋਮੀਟਰ ਦੇ ਫਾਸਲੇ ਨੂੰ ਪਾਰ ਕਰਦਿਆਂ 1.25 ਸਦੀ ਲੱਗ ਗਈ ਅਤੇ ਅੱਜ ਇਸ ਲਾਂਘੇ ਨੂੰ ਖੁੱਲ੍ਹਿਆਂ 4 ਸਾਲ ਮੁਕੰਮਲ ਹੋਏ ਨੇ। ਇਤਿਹਾਸਿਕ ਪੰਨਿਆਂ ਤੋਂ ਸੁਨਹਿਰੀ ਯਾਦ ਬਣ ਕੇ ਉਕਰਿਆ ਵਰਾ 2019 ਦਾ। ਇਹ ਉਹ ਸਾਲ ਸੀ ਜਦੋਂ ਕਰੀਬ 70 ਸਾਲ ਤੋਂ ਵਿਛੜੇ ਦੋ ਮੁਲਕਾਂ ਦੇ ਵਿੱਚ ਭਾਈਚਾਰਕ ਸਾਂਝ ਦੀ ਪਹਿਲੀ ਉਮੀਦ ਨੂੰ ਪੂਰ ਪਿਆ। ਹਿੰਦੁਸਤਾਨ ਤੇ ਪਾਕਿਸਤਾਨ ਜੋ ਅਕਸਰ ਇੱਕ ਦੂਜੇ ਨੂੰ ਸ਼ੱਕ ਦੀ ਨਿਗਾਹ ਦੇ ਨਾਲ ਦੇਖਦੇ, ਇੱਕ ਦੂਜੇ ਨੂੰ ਕੌੜੀਆਂ ਨਜ਼ਰਾਂ ਦੇ ਨਾਲ ਤੱਕਣ ਵਾਲੇ, ਇਹਨਾਂ ਦੋਵੇਂ ਦੇਸ਼ਾਂ ਦੇ ਵਿੱਚ ਸਾਂਝ ਪਈ। ਉਸ ਲਈ ਸਰਬ ਸਾਂਝੀ ਵਾਲਤਾ ਦੇ ਪੀਰ ਬਾਬੇ ਨਾਨਕ ਨੇ ਆਪ ਮਿਹਰ ਕੀਤੀ। 9 ਨਵੰਬਰ 2019 ਦਾ ਉਹ ਦਿਨ ਜਦੋਂ ਭਾਰਤ ਤੇ ਪਾਕਿਸਤਾਨ ਦੇ ਵੱਲੋਂ ਲਾਂਘੇ ਦਾ ਉਦਘਾਟਨ ਕੀਤਾ ਗਿਆ। ਸੰਨ 1947 ਦੀ ਵੰਡ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਭਾਰਤ ਵਾਲੇ ਪਾਸਿਓਂ ਸਰਹੱਦ ਪਾਰ ਕਰਕੇ ਪਾਕਿਸਤਾਨ ਵਾਲੇ ਪਾਸੇ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਸ਼ਰਧਾਲੂ ਭਾਗਾਂ ਵਾਲੇ ਅਸਥਾਨ ਤੇ ਪਹੁੰਚੇ। ਉਹ ਦਿਨ ਜਿਸ ਨੇ ਨਫ਼ਰਤਾਂ ਨੂੰ ਖਤਮ ਕਰ ਬਾਬੇ ਨਾਨਕ ਦੀ ਧਰਤੀ ਤੇ ਜਾਣ ਦਾ ਭਾਰਤੀਆਂ ਨੂੰ ਸਬਬ ਬਖਸ਼ਿਆ। ਸਦਕੇ ਜਾਈਏ ਉਸ ਧਰਤੀ ਦੇ ਜਿਸ ਦੀ ਮਿੱਟੀ ਨੂੰ ਮੱਥੇ ਲਾ ਸਰੀਰ ਦਾ ਰੋਮ ਰੋਮ ਪਵਿੱਤਰ ਹੋ ਜਾਂਦਾ ਹੈ। ਅਸੀਂ ਧੰਨਵਾਦ ਕਰਦੇ ਦੋਵੇਂ ਸਰਕਾਰਾਂ ਦਾ, ਹਿੰਦੁਸਤਾਨ ਦੀ ਸਰਕਾਰ ਤੇ ਪਾਕਿਸਤਾਨ ਦੀ ਸਰਕਾਰ, ਜਿਨ੍ਹਾਂ ਨੇ ਇਹ ਮਿਲ ਜੁਲ ਕੇ ਜੋ ਉਪਰਾਲਾ ਕੀਤਾ ਹੈ ਸਾਡੀ ਸੰਗਤਾਂ ਵਾਸਤੇ, ਅਸੀਂ ਉਹਨਾਂ ਦੇ ਸ਼ੁਕਰ ਗੁਜ਼ਾਰ ਹਾਂ। ਇੰਝ ਲੱਗਦਾ ਪਿਆ ਇੱਕ ਸੁਪਨਾ ਪੂਰਾ ਹੋ ਰਿਹਾ ਕਿ ਅਸੀਂ ਆਪਣੇ ਪਹਿਲੇ ਤਾਂ ਬਾਬਾ ਜੀ ਦਾ ਜਿੱਥੇ ਉਹਨਾਂ ਨੇ ਸਰੀਰ ਛੋੜਿਆ ਸੀ ਉੱਥੇ ਮੱਥਾ ਟੇਕਣ ਜਾ ਰਹੇ ਹਾਂ। ਫਿਰ ਲੱਗਦਾ ਪਿਆ ਜਿਵੇਂ ਆਪਣੀ ਮੰਮੀ ਦੇ ਦਾਦਾ ਜੀ ਦਾਦੀ ਦੇ ਪਿੰਡ ਜਾ ਰਹੇ ਹਾਂ ਅਸੀਂ। ਭਾਰਤ ਪਾਕਿਸਤਾਨ ਵੰਡ ਸਮੇਂ ਜਿੱਥੇ ਕਈਆਂ ਦੇ ਆਪਣੇ ਵਿਛੜੇ, ਉੱਥੇ ਹੀ ਬਹੁਤ ਸਾਰੇ ਗੁਰਧਾਮ ਪਾਕਿਸਤਾਨ ਵਾਲੇ ਪਾਸੇ ਰਹਿ ਗਏ, ਜਿਵੇਂ ਕਿ ਸ੍ਰੀ ਨਨਕਾਣਾ ਸਾਹਿਬ, ਸ੍ਰੀ ਪੰਚਾ ਸਾਹਿਬ ਤੇ ਸ੍ਰੀ ਕਰਤਾਰਪੁਰ ਸਾਹਿਬ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਭਾਰਤੀ ਹੱਦ ਤੋਂ ਕਰੀਬ 4.5 ਕਿਲੋਮੀਟਰ ਦੀ ਦੂਰੀ ਤੇ ਪਾਕਿਸਤਾਨ ਵਾਲੇ ਪਾਸੇ ਸੁਭਾਏਮਾਨ ਹੈ। ਇਸ ਮੁਕੱਦਸ ਗੁਰਦੁਆਰੇ ਦੇ ਦਰਸ਼ਨਾਂ ਦੇ ਲਈ ਲਾਂਘਾ ਖੋਲਣ ਲਈ ਚਿਰਾਂ ਤੋਂ ਸਿੱਖ ਸੰਗਤ ਦੇ ਵੱਲੋਂ ਅਰਦਾਸ ਕੀਤੀ ਜਾ ਰਹੀ ਸੀ। ਅਸੀਂ ਉਸ ਮਹਾਰਾਜ ਦੇ ਅੱਗੇ ਅਰਦਾਸ ਕਰਾਂਗੇ ਕਿ ਜਿਹੜਾ ਇਹ ਪ੍ਰੋਸੈਸ ਹੈ ਹੋਰ ਸਰੋ ਸੌਖਾ ਹੋਏ, ਜਿਹੜੀ ਸੰਗਤਾਂ ਅਰਮਾਨ ਨਾਲ ਉੱਥੇ ਜਾ ਸਕਣ, ਮਾਂ ਆਪਣੇ ਗੁਰੂ ਦੇ ਦਰਸ਼ਨ ਕਰ ਸਕਣ, ਔਰ ਇਹ ਪਿਆਰ ਜਿਹੜੇ ਉਹਨਾਂ ਨੇ ਸ਼ੁਰੂ ਕੀਤਾ ਸੀ ਇਹ ਹੋਰ ਵਧੇ। ਕਰਤਾਰਪੁਰ ਗੁਰੂਆਂ ਦੀ ਵਰਸੋਈ ਧਰਤੀ, ਇਹ ਭਾਵੇਂ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਰਾਵੀ ਦਰਿਆ ਦੇ ਸੱਜੇ ਕੰਢੇ ਤੇ ਵਸਾਇਆ ਨਗਰ, ਇਹ ਨਗਰ ਸਿੱਖ ਸੰਗਤਾਂ ਦੇ ਲਈ ਸ਼ਰਧਾ ਤੇ ਹਕੀਕਤ ਦੇ ਅਸਥਾਨ ਦੇ ਵਿੱਚੋਂ ਇੱਕ ਹੈ। ਦੇਸ਼ ਦੇਸ਼ਾਂਤਰ ਦੇ ਵਿੱਚ ਸਿੱਖ ਧਰਮ ਦਾ ਉਪਦੇਸ਼ ਦੇਣ ਪਿੱਛੋਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਮੂਲ ਸਿਧਾਂਤ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਨੂੰ ਜ਼ਿੰਦਗੀ ਦੀ ਹਕੀਕੀ ਰੂਪ ਦੇਣ ਦੇ ਲਈ ਜਿਸ ਅਸਥਾਨ ਦੀ ਚੋਣ ਕੀਤੀ ਉਹ ਸਿੱਖ ਇਤਿਹਾਸ ਦੇ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਇਆ। ਜਗਤ ਗੁਰੂ ਨੇ ਉਦਾਸੀਆਂ ਤੋਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਆਪਣੇ ਹੱਥੀਂ ਕਿਰਤ ਕਰਕੇ ਲੋਕੋਈ ਨੂੰ ਧਰਮ ਦੇ ਅਸਲ ਅਰਥਾਂ ਦੇ ਨਾਲ ਜੋੜ ਕੇ ਸਾਦਗੀ, ਨਿਮਰਤਾ, ਸੱਚੀ ਸੁੱਚੀ ਕਿਰਤ ਤੇ ਭਾਈਚਾਰੇ ਦਾ ਪਾਠ ਪੜਾਇਆ। ਕਰਤਾਰਪੁਰ ਨਗਰ ਨੂੰ ਗੁਰੂ ਨਾਨਕ ਦੇਵ ਜੀ ਨੇ 1504 ਈਸਵੀ ਦੇ ਵਿੱਚ ਵਸਾਇਆ। ਇਹ ਨਗਰ ਪਾਕਿਸਤਾਨ ਪੰਜਾਬ ਦੇ ਜ਼ਿਲ੍ਹਾ ਨਾਰੋਬਾਲ ਦੀ ਤਹਿਸੀਲ ਸ਼ਕਰਗੜ੍ਹ ਦੇ ਵਿੱਚ ਸਥਿਤ ਹੈ। ਆਖਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਉਦਾਸੀ ਦੌਰਾਨ ਲਾਹੌਰ ਮੁੜਦੇ ਹੋਏ ਰਾਵੀ ਦਰਿਆ ਦੇ ਕਿਨਾਰੇ ਪੱਖੋ ਕੇ ਰੰਧਾਵੇ ਪਿੰਡ ਪਹੁੰਚੇ ਤਾਂ ਚੌਧਰੀ ਅਜਿਤਾ ਰੰਧਾਵਾ ਉਹਨਾਂ ਦੇ ਦਰਸ਼ਨਾਂ ਦੇ ਲਈ ਆਏ। ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ 17 ਸਾਲ 5 ਮਹੀਨੇ 9 ਦਿਨ ਇਸ ਅਸਥਾਨ ਦੇ ਬਿਤਾਏ।
ਗੁਰੂ ਸਾਹਿਬ ਦਾ ਪੂਰਾ ਪਰਿਵਾਰ ਕਰਤਾਰਪੁਰ ਸਾਹਿਬ ਆ ਕੇ ਵਸਿਆ। ਗੁਰੂ ਸਾਹਿਬ ਦੇ ਮਾਤਾ ਪਿਤਾ ਦਾ ਦੇਹਾਂਤ ਵੀ ਇੱਥੇ ਹੀ ਇਸ ਅਸਥਾਨ ਤੇ ਹੋਇਆ। ਕਰਤਾਰਪੁਰ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਭਾਰਤ ਦੀ ਸਰਹੱਦ ਤੋਂ 4 ਕਿਲੋਮੀਟਰ ਦੂਰ ਹੈ। ਇਹ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਵਿੱਚ ਹੈ, ਜੋ ਲਾਹੌਰ ਤੋਂ 130 ਕਿਲੋਮੀਟਰ ਦੂਰ ਨਾਰੋਵਾਲ ਦੀ ਤਹਿਸੀਲ ਸ਼ੱਕਰਗੜ੍ਹ ਦੇ ਵਿੱਚ ਸਥਿਤ ਸਿੱਖਾਂ ਦਾ ਮੁਕੱਦਸ ਅਸਥਾਨ ਹੈ। 9 ਨਵੰਬਰ 2019 ਤੱਕ ਕਰਤਾਰਪੁਰ ਸਾਹਿਬ ਦੇ ਦਰਸ਼ਨ ਸ਼ਰਧਾਲੂ ਡੇਰਾ ਬਾਬਾ ਨਾਨਕ ਵਿਖੇ ਭਾਰਤ ਵਾਲੇ ਪਾਸੇ ਤੋਂ ਦੂਰਬੀਨ ਰਾਹੀਂ ਕਰਦੇ ਆ ਰਹੇ, ਪਰ ਇਸ ਕੋਰੀਡੋਰ ਦੇ ਬਣਨ ਦੇ ਨਾਲ ਭਾਰਤੀ ਸ਼ਰਧਾਲੂ ਪਾਕਿਸਤਾਨ ਦੀ ਧਰਤੀ ਤੇ ਨਤਮਸਤਕ ਹੋ ਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਸਿੱਧੇ ਰੂਪ ਵਿੱਚ ਦਰਸ਼ਨ ਕਰਨ ਲੱਗ ਪਏ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬ, ਹਰਿਆਣਾ, ਹਿਮਾਚਲ। 9 ਨਵੰਬਰ 2019 ਨੂੰ ਉਹ ਇਤਿਹਾਸਕ ਦਿਨ ਸੀ ਜਿਹੜਾ ਨਾ ਹੀ ਪਾਕਿਸਤਾਨ ਅਤੇ ਨਾ ਹੀ ਭਾਰਤ ਦੇ ਲੋਕ ਭੁੱਲ ਪਾਉਣਗੇ। ਇਤਿਹਾਸਕ ਦਿਨ ਜਿਸ ਦੇ ਬਾਰੇ ਕਦੀ ਕਿਸੇ ਨੇ ਸੋਚਿਆ ਨਹੀਂ ਹੋਵੇਗਾ। ਉਸ ਵੇਲੇ ਦੇ ਵਜ਼ੀਰ ਆਜ਼ਮ ਪਾਕਿਸਤਾਨ ਦੇ ਇਮਰਾਨ ਖਾਨ ਅਤੇ ਭਾਰਤ ਦੇ ਵਿੱਚ ਮੋਦੀ ਸਰਕਾਰ ਦੇ ਵੱਲੋਂ ਇਹ ਲਾਂਘਾ ਖੋਲ੍ਹ ਦਿੱਤਾ ਗਿਆ। ਜਿਸ ਵੇਲੇ ਦਸਤਖਤ ਹੋਏ ਤਾਂ ਸਿੱਖਾਂ ਦੀਆਂ ਭਾਵਨਾਵਾਂ ਉਸ ਵੇਲੇ ਸੱਤੀ ਅਸਮਾਨ 'ਤੇ ਸਨ ਕਿ ਹਾਂ, ਬਾਬੇ ਨਾਨਕ ਦੇ ਦਰ 'ਤੇ ਅਸੀਂ ਜਾਵਾਂਗੇ ਅਤੇ ਕਰਾਂਗੇ ਖੁੱਲ੍ਹੇ ਦਰਸ਼ਨ ਦੀਦਾਰ। ਹਿੰਦੁਸਤਾਨ ਅਤੇ ਪਾਕਿਸਤਾਨ ਦੋਵਾਂ ਮੁਲਕਾਂ ਵੱਲੋਂ ਲਾਂਘੇ ਦੇ ਉਦਘਾਟਨ ਦੇ ਲਈ 9 ਨਵੰਬਰ 2019 ਦੀ ਤਾਰੀਖ ਮੁਕਰਰ ਕੀਤੀ ਗਈ। ਲਾਂਘਾ ਖੁੱਲ੍ਹਿਆ ਜਦੋਂ ਚੜ੍ਹਦੇ ਅਤੇ ਲਹਿੰਦੇ ਪੰਜਾਬ ਦਾ ਮੇਲ ਖੋਇਆ। ਸਭ ਨੂੰ ਇੰਤਜ਼ਾਰ ਸੀ ਸੁਲੱਖਣੀ ਘੜੀ ਦਾ, ਜਦੋਂ ਲਾਂਘਾ ਖੁੱਲ੍ਹੇ ਅਤੇ ਸਰਹੱਦਾਂ ਦੀਆਂ ਦੀਵਾਰਾਂ ਲੰਘ ਬਾਬੇ ਨਾਨਕ ਦੇ ਘਰ ਨਤਮਸਤਕ ਹੋਈ। ਇਹ ਲਾਂਘਾ ਸਿਰਫ ਧਾਰਮਿਕ ਅਸਥਾਨ ਦੇ ਵੱਲੋਂ ਜਾਂਦਾ ਰਾਹ ਹੀ ਨਹੀਂ, ਸਗੋਂ ਚਿਰਾਂ ਤੋਂ ਵਿਛੜੇ ਦੋ ਸਾਂਝੇ ਮੁਲਕਾਂ ਦੇ ਦਿਲਾਂ ਵਿੱਚ ਪੈ ਚੁੱਕੀ ਵਿੱਥ ਨੂੰ ਦੂਰ ਕਰਨ ਦੀ ਇੱਕ ਸਾਂਝੀ ਆਸ ਸੀ। ਤੇ ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਲਾਂਘੇ ਦਾ ਇਤਿਹਾਸ ਕੀ ਹੈ, ਕਿੰਨੀਆਂ ਕੋਸ਼ਿਸ਼ਾਂ ਕਿਸ ਕਿਸ ਵੱਲੋਂ ਕੀਤੀਆਂ ਗਈਆਂ। 18 ਅਗਸਤ 2018 ਨੂੰ ਪਾਕਿਸਤਾਨ ਦੇ ਵਜ਼ੀਰ ਆਜ਼ਮ ਇਮਰਾਨ ਖਾਨ ਦਾ ਸਹੁੰ ਚੁੱਕ ਸਮਾਗਮ ਸੀ। ਇਮਰਾਨ ਖਾਨ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਉਚੇਚੇ ਤੌਰ ਤੇ ਸੱਦਾ ਦਿੱਤਾ ਗਿਆ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਬਾਜਵਾ ਨੂੰ ਉਸ ਦੌਰਾਨ ਜੱਫੀ ਪਾਏਗੀ, ਜੋ ਭਾਰਤੀ ਸਿਆਸਤ ਦੇ ਵਿੱਚ ਇੱਕ ਪੱਖ ਦਾ ਮਸਲਾ ਬਣਿਆ। ਜੱਫੀ ਵਿਵਾਦ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਆਖੀ ਕਿ ਲਾਂਘਾ ਖੋਲ੍ਹਣ ਦੀ ਗੱਲ ਸੁਣ ਕੇ ਭਾਵੁਕ ਹੋ ਕੇ ਉਨ੍ਹਾਂ ਨੇ ਫੌਜ ਮੁਖੀ ਨੂੰ ਗਲਵਕੜੀ ਪਾਈ ਸੀ। 2018 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸੁਸ਼ਮਾ ਸਵਰਾਜ ਨੂੰ ਲਾਂਘਾ ਖੋਲ੍ਹਣ ਸਬੰਧੀ ਪਾਕਿਸਤਾਨ ਸਰਕਾਰ ਦੇ ਨਾਲ ਗੱਲਬਾਤ ਕਰਨ ਦੇ ਲਈ ਇੱਕ ਚਿੱਠੀ ਵੀ ਲਿਖੀ। 22 ਨਵੰਬਰ 2018 ਨੂੰ ਕੇਂਦਰੀ ਕੈਬਨਿਟ ਦੇ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਬਣਾਉਣ ਦਾ ਮਤਾ ਪ੍ਰਵਾਨ ਹੋਇਆ। 2018 ਦੀ ਸ਼ਾਮ ਨੂੰ ਪਾਕ ਸਰਕਾਰ ਦੇ ਵੱਲੋਂ ਵੀ 28 ਨਵੰਬਰ ਨੂੰ ਇਮਰਾਨ ਖਾਨ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਣ ਬਾਰੇ ਐਲਾਨ ਕੀਤਾ ਗਿਆ। 2018 ਨੂੰ ਹੀ 22 ਨਵੰਬਰ ਦੇ ਦਿਨ ਭਾਰਤ ਨੇ ਲਾਂਘਾ ਬਣਾਉਣ ਦੇ ਲਈ 26 ਨਵੰਬਰ ਨੂੰ ਨੀਂਹ ਪੱਥਰ ਰੱਖਣ ਦਾ ਐਲਾਨ ਕੀਤਾ। 26 ਨਵੰਬਰ 2018 ਨੂੰ ਭਾਰਤ ਵਾਲੇ ਪਾਸਿਓਂ ਨੀਂਹ ਪੱਥਰ ਰੱਖਿਆ ਗਿਆ। ਪਾਕਿਸਤਾਨ ਵਾਲੇ ਪਾਸਿਓਂ 28 ਨਵੰਬਰ ਨੂੰ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਖਾਸ ਮੌਕੇ ਦੇ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵੱਲੋਂ ਮੁੜ ਤੋਂ ਨਵਜੋਤ ਸਿੱਧੂ ਨੂੰ ਸੱਦਾ ਭੇਜਿਆ ਗਿਆ। ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਇਸ ਵਾਰ ਭਾਰਤ ਸਰਕਾਰ ਦੇ ਵੱਲੋਂ ਕੇਂਦਰੀ ਕੈਬਨਿਟ ਮਿਨਿਸਟਰ ਹਰਸਿਮਰਤ ਕੌਰ ਬਾਦਲ, ਹਰਦੀਪ ਪੁਰੀ ਇਸ ਇਤਿਹਾਸਕ ਕੜੀ ਦੇ ਗਵਾਹ ਬਣੇ। 24 ਅਕਤੂਬਰ 2019 ਨੂੰ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦੇ ਵੱਲੋਂ ਲਾਂਘੇ ਦੇ ਇਕਰਾਰਨਾਮੇ ਤੇ ਦਸਤਖਤ ਕੀਤੇ ਗਏ। ਡੇਰਾ ਬਾਬਾ ਨਾਨਕ ਵਿਖੇ 0 ਲਾਈਨ ਤੇ ਇਹ ਰਸਮ ਨਿਭਾਈ ਗਈ। ਸੋ ਇਸ ਇਕਰਾਰਨਾਮੇ ਤਹਿਤ ਲਾਂਘੇ ਦੀਆਂ ਸ਼ਰਤਾਂ ਕਿਹੜੀਆਂ ਰੱਖੀਆਂ ਗਈਆਂ, ਆਓ ਇੱਕ ਵਾਰ ਉਸ ਤੇ ਵੀ ਝਾਤੀ ਪਾਉਂਦੇ ਹਾਂ। ਭਾਰਤ ਵਾਲੇ ਪਾਸਿਓਂ ਹਰ ਧਰਮ ਦਾ ਸ਼ਰਧਾਲੂ ਦਰਸ਼ਨਾਂ ਦੇ ਲਈ ਪਾਕਿਸਤਾਨ ਜਾ ਸਕਦਾ ਹੈ। ਲਾਂਘੇ ਰਾਹੀਂ ਯਾਤਰਾ ਬਿਨਾਂ ਵੀਜ਼ਾ ਹੋਵੇਗੀ। ਸ਼ਰਧਾਲੂਆਂ ਦੇ ਲਈ ਪਾਸਪੋਰਟ ਜ਼ਰੂਰੀ ਦਸਤਾਵੇਜ਼ ਹੋਵੇਗਾ। ਦੂਜੇ ਦੇਸ਼ਾਂ ਦੇ ਵਿੱਚ ਵਸੇ ਭਾਰਤੀ ਮੂਲ ਦੇ ਲੋਕਾਂ ਦੇ ਲਈ ਪਾਸਪੋਰਟ ਦੇ ਨਾਲ OCI ਕਾਰਡ ਲਿਜਾਣਾ ਜ਼ਰੂਰੀ ਹੋਵੇਗਾ। ਕੋਰੀਡੋਰ ਰੋਜ਼ਾਨਾ ਸਵੇਰ ਤੋਂ ਸ਼ਾਮ ਤੱਕ ਖੁੱਲ੍ਹਾ ਰਹੇਗਾ। ਸ਼ਰਧਾਲੂਆਂ ਨੂੰ ਸਵੇਰ ਵੇਲੇ ਜਾ ਕੇ ਉਸੇ ਦਿਨ ਸ਼ਾਮ ਤੱਕ ਵਾਪਸ ਮੁੜਨਾ ਪਵੇਗਾ। ਸ਼ਰਧਾਲੂ ਪਾਕਿਸਤਾਨ ਵਾਲੇ ਪਾਸੇ ਰਾਤ ਨਹੀਂ ਰੁਕਣਗੇ। ਸਿਰਫ ਕੁਝ ਦਿਨਾਂ ਨੂੰ ਛੱਡ ਕੇ ਕੋਰੀਡੋਰ ਪੂਰਾ ਸਾਲ ਖੁੱਲ੍ਹਾ ਰਹੇਗਾ। ਸ਼ਰਧਾਲੂ ਦਰਸ਼ਨਾਂ ਦੇ ਲਈ ਇਕੱਲੇ ਜਾਂ ਫਿਰ ਜਥੇ ਦੇ ਨਾਲ ਜਾ ਸਕਦੇ ਨੇ। ਭਾਰਤ 10 ਦਿਨ ਪਹਿਲਾਂ ਪਾਕਿਸਤਾਨ ਨੂੰ ਸ਼ਰਧਾਲੂਆਂ ਦੀ ਸੂਚੀ ਜਾਰੀ ਕਰੇਗਾ। ਸ਼ਰਧਾਲੂਆਂ ਨੂੰ ਭਾਰਤ ਸਰਕਾਰ ਦੇ ਵੱਲੋਂ SMS ਜਾਂ ਫਿਰ ਈਮੇਲ ਰਾਹੀਂ ਯਾਤਰਾ ਤੋਂ 3-4 ਦਿਨ ਪਹਿਲਾਂ ਜਾਣਕਾਰੀ ਭੇਜੀ ਜਾਵੇਗੀ। ਪਾਕਿਸਤਾਨ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਦੇ ਲਈ ਪ੍ਰਸ਼ਾਦ ਤੇ ਲੰਗਰ ਦਾ ਪ੍ਰਬੰਧ ਕੀਤਾ ਜਾਵੇਗਾ। ਪਾਕਿਸਤਾਨ ਜਾਣ ਵਾਲੇ
प्रति श्रद्धालु तो $20 फीस लई जाएगी। मुबारक जाइए उस धरती ते जिथे पैर धर दिल बागो बाग हुंदा है। अरदास दे विच हर रोज हुंदी बेनती गुरु दी दरगाह दे विच परवान हुई। संगतां बाबे नानक दे दर ते सजदा कर दिल दे विच प्रेम ते शांति दा सुनेहा लेके वापस अपने घरां नूं मुड़दियां ने। ब्यूरो रिपोर्ट, डेली पोस्ट, पंजाब हरियाणा हिमाचल। बाबे नानक दी उस धरती ते ना सिर्फ खुले दर्शन दीदार होए सगों उस धरती ते उन्हां परिवारां दा मेल होया जिन्हां ने 1947 दा संताप अपने पिंडे ते हंडाया सी। कई भैणां नूं उन्हां दे भरा मिले 70-70 सालां बाद। जिहड़े विछोड़े दा काम इन्हां भैणां या भरावां ने अपने पिंडे ते झेलिया सी उस नूं हंडाया सी और कई साल बाद अपने भरावां नूं देख उह हंझू वगदे दिखाई दित्ते। सो उन्हां दे विच इक ने पाकिस्तान दे विच रहण वाले हाकम अली, जिहड़े कदे रहिंदे तां जलंधर दे विच सी पर वापस इस धरती ते कदे मुड़ के नहीं आए। ते जदों करतारपुर कोरीडोर दे जरिए उन्हां दे जिगरी यार उन्हां नूं मिलण दे लई इस लांघे रस्तियों पाकिस्तान दी धरती ते पहुँचे तां वाकई उह समां देखण वाला सी किवें इन्हां अखां दे वल्लों शुकराना कीता गया। 72 ਸਾਲਾਂ ਦੀਆਂ ਲੱਖਾਂ ਕਰੋੜਾਂ ਅਰਦਾਸਾਂ ਤੋਂ ਬਾਅਦ ਇਤਿਹਾਸਕ ਕਰਤਾਰਪੁਰ ਕੋਰੀਡੋਰ ਨਵੰਬਰ 2019 ਨੂੰ ਖੋਲ੍ਹਿਆ ਗਿਆ ਸੀ। ਕੋਰੀਡੋਰ ਖੁੱਲ੍ਹਣ ਵੇਲੇ ਕਿਸੇ ਨੂੰ ਰਤਾ ਵੀ ਅੰਦਾਜ਼ਾ ਨਹੀਂ ਸੀ ਕਿ ਇਹ ਕੋਰੀਡੋਰ ਨਾ ਸਿਰਫ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾਵੇਗਾ ਸਗੋਂ 1947 ਦੀ ਵੰਡ ਵੇਲੇ ਵਿਛੜੇ ਬਹੁਤ ਸਾਰੇ ਪਰਿਵਾਰਾਂ ਨੂੰ ਵੀ ਮਿਲਵਾਉਣ ਦੇ ਵਿੱਚ ਰਸਤਾ ਸਾਬਿਤ ਹੋਵੇਗਾ। ਪਿਛਲੇ 4 ਸਾਲਾਂ ਦੇ ਵਿਚਾਲੇ ਲਗਭਗ 1.5 ਲੱਖ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਤਾਂ ਕਰ ਚੁੱਕੇ ਨੇ। ਇਸ ਦੇ ਨਾਲ ਹੀ ਭਾਰਤ ਪਾਕਿਸਤਾਨ ਦੀ ਵੰਡ ਦੌਰਾਨ ਅਨੇਕਾਂ ਵਿਛੜੇ ਪਰਿਵਾਰ ਲੋਕਾਂ ਨੂੰ ਇਸ ਕੋਰੀਡੋਰ ਬਣਨ ਤੋਂ ਬਾਅਦ ਮਿਲਣ ਦਾ ਮੌਕਾ ਮਿਲਿਆ। ਵੰਡ ਤੋਂ ਬਾਅਦ ਆਪਣਿਆਂ ਨੂੰ ਮਿਲਣ ਦੀ ਤਾਂਘ ਰੱਖਦੇ ਇਹ ਲੋਕਾਂ ਦੇ ਵਿੱਚੋਂ ਇੱਕ ਨਾਮ ਹੈ ਪਾਕਿਸਤਾਨ ਦੇ ਰਹਿਣ ਵਾਲੇ ਹਾਕਮ ਅਲੀ ਦਾ, ਜੋ ਮੁੱਦਤਾਂ ਦੇ ਇੰਤਜ਼ਾਰ ਤੋਂ ਬਾਅਦ ਆਪਣੇ ਜਨਮ ਅਸਥਾਨ ਪਿੰਡ ਬੁਢਿਆਣਾ ਦੇ ਲੋਕਾਂ ਨੂੰ ਗੁਰੂ ਦੀ ਮਿਹਰ ਸਦਕਾ ਮਿਲ ਪਾਏ। ਦਰਅਸਲ 47 ਦੀ ਵੰਡ ਤੋਂ ਪਹਿਲਾਂ ਹਾਕਮ ਅਲੀ ਜਲੰਧਰ ਦੇ ਨੇੜੇ ਪੈਂਦੇ ਪਿੰਡ ਬੁਢਿਆਣਾ ਦੇ ਵਿੱਚ ਰਹਿੰਦੇ ਸਨ। 97 ਸਾਲਾਂ ਹਾਕਮ ਅਲੀ ਦੀ ਸੋਸ਼ਲ ਮੀਡੀਆ ਤੇ ਵੀਡੀਓ ਆਉਣ ਤੋਂ ਬਾਅਦ ਜਲੰਧਰ 'ਚ ਪੈਂਦੇ ਪਿੰਡ ਬੁਢਿਆਣਾ ਦੇ ਦਵਿੰਦਰ ਸਿੰਘ ਤੇ ਬਲਵਿੰਦਰ ਸਿੰਘ ਤੇ ਹੋਰ ਸੰਗਤ ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਨਾ ਸਿਰਫ ਹਾਕਮ ਅਲੀ ਨੂੰ ਮਿਲੇ ਸਗੋਂ ਉਹਨਾਂ ਦਾ ਸਨਮਾਨ ਕੀਤਾ। ਆਪਣੀ ਮਿੱਟੀ ਦੇ ਜਾਇਆਂ ਨੂੰ ਮਿਲਣ ਤੋਂ ਵੱਧ ਖੁਸ਼ੀ ਹਾਕਮ ਅਲੀ ਨੂੰ ਹੋਰ ਕੀ ਹੋ ਸਕਦੀ ਹੈ। ਪਹਿਲਾਂ ਕਈ ਡੇਢ ਦੋ ਸਾਲ ਤੋਂ ਪਹਿਲਾਂ ਅਸੀਂ ਉਹਨਾਂ ਵੀਡੀਓ ਦੇਖੀਆਂ। ਪਹਿਲਾਂ ਸਾਨੂੰ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ, ਨਾ ਹੀ ਸਾਡੀ ਕੋਈ ਉਹਨਾਂ ਦੇ ਨਾਲ ਰਿਸ਼ਤੇਦਾਰੀ ਆ, ਨਾ ਕੋਈ ਪਹਿਲਾਂ ਸਾਂਝ ਸੀ। ਲੇਕਿਨ ਜਦੋਂ ਅਸੀਂ ਉਹਨਾਂ ਦੀ ਵੀਡੀਓ ਦੇਖੀ, ਉਹਨਾਂ ਨੇ ਸਾਡੇ ਪਿੰਡ ਦੇ ਬਜ਼ੁਰਗਾਂ ਦੇ ਬਾਰੇ, ਸਾਡੇ ਆਪਣੇ ਗ੍ਰੈਂਡਫਾਦਰ ਫਾਦਰ ਸਾਹਿਬ ਬਾਰੇ ਸਾਰੀਆਂ ਗੱਲਾਂ ਕੀਤੀਆਂ, ਪਿੰਡ ਦੀਆਂ ਲੋਕਾਂ ਦੀਆਂ, ਗਲੀਆਂ ਦੀਆਂ, ਮੁਹੱਲਿਆਂ ਦੀਆਂ ਗੱਲਾਂ ਅਸੀਂ ਵੀਡੀਓ ਰਾਹੀਂ ਦੇਖੀਆਂ। ਤਾਂ ਉਹਨਾਂ ਨੇ ਵਿੱਚ ਵੀਡੀਓ ਰਾਹੀਂ ਉਹ ਦੱਸਦੇ ਆ ਹਾਕਮ ਅਲੀ ਕਿ ਮੇਰਾ ਦਿਲ ਬੜਾ ਕਰਦਾ ਕਿ ਮੈਂ ਪਿੰਡ ਬੁਢਿਆਣੇ ਦੇ ਲੋਕਾਂ ਨੂੰ ਮਿਲਾਂ ਅਤੇ ਮੇਰਾ ਵੀ ਮਨ ਖੁਸ਼ ਹੋਵੇ ਤਾਂ ਮੈਂ ਭਾਵੇਂ ਕੋਈ ਹੋਵੇ। ਉਹਨਾਂ ਨੇ ਸਾਡੇ ਪਿੰਡ ਦੀ ਬੜੀ ਸਿਫਤ ਕਰਦੇ। ਫਿਰ ਸਾਡਾ ਕੁਦਰਤੀ ਸਬੱਬ ਮਿਲਿਆ, ਗੁਰੂ ਮਹਾਰਾਜ ਦੀ ਕਿਰਪਾ ਹੋਈ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਿਰਪਾ ਐਡੀ ਹੋਈ, ਬਖਸ਼ਿਸ਼ ਹੋਈ ਕਿ ਅਸੀਂ ਸਾਡਾ ਪ੍ਰੋਗਰਾਮ ਬਣ ਗਿਆ। ਆਪ ਅਸੀਂ ਡੇਰਾ ਬਾਬਾ ਨਾਨਕ ਤੋਂ ਅਸੀਂ ਗਏ ਹਾਂ ਕਰਤਾਰਪੁਰ ਸਾਹਿਬ, ਨਾਲੇ ਅਸੀਂ ਜਿੱਥੇ ਗੁਰੂ ਮਹਾਰਾਜ ਦੇ ਦਰਸ਼ਨ ਦਾਰੇ ਕੀਤੇ ਆ ਅਤੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕੀਤਾ। ਉੱਥੇ ਅਸੀਂ ਦਰਸ਼ਨ ਦਾਰੇ ਕਰਨ ਤੋਂ ਬਾਅਦ ਅਸੀਂ ਸਾਨੂੰ ਉੱਥੇ ਹਾਕਮ ਅਲੀ ਦੇ ਨਾਲ ਮੇਲ ਹੋਇਆ, ਕਿਉਂਕਿ ਸਾਡੀ ਫੋਨ 'ਤੇ ਵੀ ਪਹਿਲਾਂ ਇੱਕ ਦੋ ਵਾਰੀ ਗੱਲਬਾਤ ਹੋਈ ਕਿ ਅਸੀਂ ਇਸ ਤਰੀਕ ਨੂੰ, ਪਹਿਲੀ ਤਰੀਕ ਨੂੰ ਆਉਣਾ, ਅਸੀਂ ਤੁਹਾਨੂੰ ਮਿਲਣਾ। ਉਹਨਾਂ ਨੇ ਵੀ ਕਿਹਾ ਜ਼ਰੂਰ ਮੈਨੂੰ ਮਿਲਿਓ, ਮੇਰਾ ਬੜਾ ਮਨ ਮੇਰੇ 'ਚ ਚਾਹ ਆ, ਮੇਰੇ ਵਿੱਚ ਮਨ 'ਚ ਤਾਂ ਗਿਆ ਕਿ ਪਿੰਡ ਦੇ ਬੁਢਿਆਣੇ ਦੇ ਲੋਕਾਂ ਨੂੰ ਮੈਂ ਮਿਲਾਂ। ਅਸੀਂ ਗੁਰਦੁਆਰਾ ਸਾਹਿਬ ਸਾਰੇ ਬੈਠੇ ਸੀ, ਗੁਰਦੁਆਰਾ ਸਾਹਿਬ ਅਸੀਂ ਪਾਠ ਕੀਰਤਨ ਕਥਾ ਸਰਵਣ ਕੀਤੀ, ਤਾਂ ਉਸ ਤੋਂ ਬਾਅਦ ਉਹ ਸਾਨੂੰ ਬਾਹਰ ਉਡੀਕਦੇ ਰਹੇ। ਅਸੀਂ ਉਹਨਾਂ ਨੇ ਬੜਾ ਪੁੱਛਿਆ ਲੋਕਾਂ ਨੂੰ ਵੀ ਬੁਢਿਆਣੇ ਦੀ ਸੰਗਤ ਆਈ ਆ, ਮੈਂ ਉਹਨਾਂ ਕਿੱਥੇ ਮਿਲਾਂ। ਜਦੋਂ ਅਸੀਂ ਗੁਰਦੁਆਰਾ ਸਾਹਿਬ ਤੋਂ ਬਾਹਰ ਆਏ ਤਾਂ ਬਾਹਰ ਖੜ੍ਹੇ ਸੀ, ਅਸੀਂ ਦੋਨਾਂ ਭਰਾਵਾਂ ਨੇ ਬਲਵਿੰਦਰ ਸਿੰਘ ਨੇ, ਮੈਂ ਅਸੀਂ ਪਛਾਣ ਲਿਆ ਕਿ ਇਹ ਬਜ਼ੁਰਗ ਉਹ ਹੀ ਲੱਗਦਾ, ਕਿਉਂਕਿ ਇਹ ਵੀਡੀਓ 'ਚ ਦੇਖੀਆਂ ਸੀ। ਉਹਨਾਂ ਨੇ ਉਹ ਸਾਨੂੰ ਇੱਦਾਂ ਮਿਲੇ, ਅਸੀਂ ਉਹਨਾਂ ਦੇ ਗੋਡੀ ਹੱਥ ਲਾਇਆ, ਸਤਿਕਾਰ ਕੀਤਾ ਔਰ ਉਹਨਾਂ ਨੇ ਵੀ ਸਾਨੂੰ ਬੜਾ ਪਿਆਰ ਦਿੱਤਾ। ਉਹਨਾਂ ਨੇ ਸਾਨੂੰ ਇੱਦਾਂ ਪਿਆਰ ਦਿੱਤਾ ਕਿ ਅਸੀਂ ਆਪਣੇ ਰੀਅਲ ਗ੍ਰੈਂਡਫਾਦਰ ਨੂੰ ਮਿਲੇ, ਤਾਂ ਇੰਨਾ ਸਾਨੂੰ ਵੀ ਪਿਆਰ ਦਿੱਤਾ, ਸਾਡੇ ਨਾਲ ਜਿਹੜੀਆਂ ਬੀਬੀਆਂ ਸੀ ਉਹਨਾਂ ਨੂੰ ਵੀ ਬੜਾ ਨੂੰ ਪਿਆਰ ਦਿੱਤਾ। ਇੱਥੋਂ ਤੱਕ ਕਿ ਸਾਡੇ ਲਈ ਉਹ ਸਾਡੇ ਲਈ ਸਾਡੇ ਖਾਣ ਵਾਸਤੇ ਉਹ ਮਠਿਆਈ ਲਿਆਏ ਆਪਣੇ ਘਰ ਦੀ ਬਣਾ ਕੇ, ਬਹੁਤ ਵਧੀਆ ਮਠਿਆਈ ਉਹ ਸਨ, ਅਸੀਂ ਵੀ ਛਕੀ, ਹੋਰ ਸੰਗਤਾਂ ਵੀ ਗੁਰਦੁਆਰਾ ਸਾਹਿਬ ਜਿਹੜੀਆਂ ਆਈਆਂ ਹੈ ਕਾਫੀ ਸੰਗਤਾਂ ਨੇ ਉਹ ਮਠਿਆਈ ਛਕੀ ਅਤੇ ਅਸੀਂ ਵੀ ਉਹਨਾਂ ਦਾ ਸਤਿਕਾਰ ਕੀਤਾ।
उम्र दे उस पड़ा दे विच खेती बाड़ी दा काम करन वाले हाकम अली अपना सारा कुछ आप करते ने। पाकिस्तान दे फैसलाबाद दे विच रहंदे ने। हाकम अली दी इच्छा सी कि वह अपने पिंड दे लोकां नूं जरूर एक बार मिलन, अपना पिंड दिखाउण जिथे वह रहंदे ने। पर अफसोस पाबंदियां करके अजे हो तो नहीं पाया, पर अपने जिगरी यारां नूं जरूर हाकम अली मिले। हाकम अली दी दिली इच्छा है कि वह एक बार अपने पिंड बुढ़ियाणा जरूर आण। सरहद दे इधर ते सरहद तो पार लोकां दे दिलां विच एक दूसरे दे लई बस प्यार ही प्यार है। अखीर सरकारां तो ओही उम्मीद कीती जा सकती है कि नफरत दी दीवारां नूं थल्ले सुट के आपसी भाईचारक सांझ वधाउण, तां जो अपनी मिट्टी तों अपने दे प्यार तों वांझा कोई भी ना रह पाए। जलंधर तों मनप्रीत कौर दी रिपोर्ट, डेली पोस्ट, पंजाब हरियाणा, हिमाचल। जीरो लाइन ते सुभाईमान पवित्र गुरद्वारा डेरा बाबा नानक, ये वो पवित्र स्थान जिदे नाल ही कोरीडोर बनिया हुआ है, तो इस रस्ते तो ही संगतां पाकिस्तान वाले पासे दर्शन करन दे लई जांदियां ने। ये पावन पवित्र स्थान का इतिहास गुरु नानक देव जी दे नाल जुड़िया हुआ है। इस स्थान दे नाल ही एक स्थान है जिथे दूरबीन दे जरिए सिख संगतां कदे बाबे नानक दी धरती दे दर्शन करिया करदियां सन। बहुत देर दी तांग सी कि गुरुद्वारा दरबार साहिब करतारपुर दे दर्शन करन दी, जिथे गुरु नानक देव जी ने नाम जपो, किरत करो, वंड छको दा फलसफा दिंदिया होया 22 सितंबर 1539 नूं ज्योति जोत समाए सन। सिख सत दहाकियां तो भी वधेरे समय तो विछड़ गए गुरधामां दे दर्शन ते सेवा संभाल दीआं अरदासां कर रहे सन। जिथों तक करतारपुर साहिब दे दर्शनां दा सवाल सी, उह डेरा बाबा नानक सरहद तों सामणे दिखाई तां दिंदा सी। श्रद्धालु BSF दे वल्लों स्थापित कीते गए दूरबीनां दे नाल दर्शन करके ही सबर कर लेंदे सन। पर दूरों बाबे नानक दे घर नूं देखना ते असलियत दे विच उत्थे जाके मत्था टेकना उस वेले अरदास परवान हुई जदों 9 नवंबर 2019 नूं श्री करतारपुर साहिब कोरीडोर दा लांघा खोलिया गया। हाँ जी, हम दिल्ली से आए हैं और बहुत एक्साइटेड है करतारपुर के साहिब के दर्शन करने के लिए। हाँ जी, इनका सेकेंड टाइम है, हम लोग का फर्स्ट टाइम है और बहुत टाइम से दिमाग में था कि आना है, यहाँ दर्शन करने हैं। बहुत लकी हैं कि हम आज वो हमारा ड्रीम पूरा हो रहा है और हम दर्शन बाबा जी ने बुलाया है दर्शन करे। सानू तो गुरु जी ने दूसरी बार बुला लिया, लख लख धन्यवाद पहला तो उन्हां दा, पर बहुत अच्छा लग रहा। तो लास्ट टाइम भी असी गए सी, बहुत इज्जत मान अंदर दिंदे ने, भी बिल्कुल नहीं वह लगता, भैन भरावां वांगू लगता पाकिस्तान वालिया नूं भी मिलके बहुत अच्छा लग्या। तो सैकेंड टाइम सानू बुलाया तो होर भी खुशी की गल है। उन्होंने बाबा जी ने इतने 20 पूरे किए ने अपने लास्ट, उन्होंने असी जिमें जमीना वगैरह सारिया देखिया तो बहुत खुशी हुई भी साढ़े इन्ने चंगे करम भी असी इतने आके उन्हों की धरती से पैर रखे। डेरा बाबा नानक इतिहासक कस्बा इस सिख इतिहास दे नाल गुड़े रूप दे नाल जुड़िया होया। इस कस्बे दे खूंद विच आउण दी कहानी गुरु नानक देव जी ते उन्हां दे पुत्रां दे आले दुआले घूमती है। गुरुद्वारा श्री दरबार साहिब श्री करतारपुर साहिब इथों तकरीबन 4 किलोमीटर की दूरी से भारत पाक सरहद के दरिया रावी तो पार स्थित है। सिख संगत नूं इह 4 किलोमीटर का सफर पूरा करन नूं करीब पौणी सदी लग गई। आखिरकार हिंदुस्तान पाकिस्तान दी सरकारां दी रजामंदी तो बाद पाकिस्तान सरकार ने लांघा दिंदिया 11 महीनों के रिकॉर्ड समय दे विच करीब $17 बिलियन खर्च करके इस कंपलैक्स नूं मुकम्मल करवाया। अज ये लांघा केवल संगतां नूं ही इस पवित्र स्थान दे दर्शन ही नहीं करवाउंदा बल्कि वंड समय विछड़े परिवारां नूं भी मिलवा रहा। बाबे नानक दी धरती ते करतारपुर साहिब जाण दे लई सुबह की घड़ी आई ते दिल दे जज्बात बयान करन दे लई शब्द भी घट पै जांदे। उस नानक दे दर ते बड़िया नूं बहुत कुछ मिलिया। बाबे नानक दे दर ते 70-70 सालां बाद भैणां नूं भरा मिले, रखड़ी बनी गई। उन्हां दे विचों एक है पाकिस्तान दे विच रहिंदी सकीना जिसका भरा लुधियाणा दे विच रहिंदा है। गुरमेल सिंह खास तौर पर अपनी भैन नूं पाकिस्तान दे विच गलवकड़ी पा के मिले ते इस गल की गवाह बनी वह गुरु दा दर। बाबे नानक दे दर नूं जाण वाला राह श्री करतारपुर साहिब कोरीडोर, जिहड़ा उन्हां लोकां दे लई वड्डी आस सी जिन्हां नूं सालां बदी उडीक कि अज वी उह अपने विछड़े खून दे रिश्तियां नूं कदी गलवकड़ी पा के मिल पाउणगे। लैंदे या चढ़दे पंजाब दे उह लोक जिन्हां ने 1947 दा संताप फड़ाया, उन्हां नूं उम्मीद सी कि बाबे नानक दा घर उन्हां नूं अपणियां दे नाल जरूर एक दिन मिलवाएगा। इस दर ते परवान हुई पाकिस्तान च रहिंदी सकीना दी अरदास, जिन्हें वंड तो बाद पहली बार इस दर ते अपने भरा नूं अपने अखी देखिया।
ਇਹ ਭਾਵੁਕ ਕਰ ਦੇਣ ਵਾਲੀ ਮੁਲਾਕਾਤ ਸ੍ਰੀ ਕਰਤਾਰਪੁਰ ਕੋਰੀਡੋਰ ਬਣਨ ਤੋਂ ਬਾਅਦ ਪ੍ਰਵਾਨ ਹੋਈ। ਅੱਖਾਂ ਚੋਂ ਨਿਕਲੇ ਹੰਝੂ ਦੱਸਦੇ ਨੇ ਕਿ ਕਿੰਨੇ ਸਾਲ ਲੱਗ ਗਏ ਇਹਨਾਂ ਦੂਰੀਆਂ ਨੂੰ ਮਿੱਟਦਿਆਂ ਹੋਇਆਂ। ਜਦੋਂ ਵਿਛੋੜੇ ਤੋਂ ਬਾਅਦ ਪਹਿਲੀ ਵਾਰ ਸਕੀਨਾ ਨੇ ਆਪਣੇ ਭਰਾ ਦੇ ਹੱਥ 'ਤੇ ਰੱਖੜੀ ਬੰਨ੍ਹੀ ਸੀ। ਜਿਹੜੀ ਮੇਰੀ ਵਾਲਦਾ ਨਾ ਉੱਧਰ ਰਹਿ ਗਈ ਸੀਗੀ, ਬਾਕੀ ਜੀ ਸਾਡੇ ਇੱਧਰ ਆ ਗਏ ਸੀ। ਬਾਅਦ 'ਚ ਮੇਰੇ ਵਾਲਦ ਨੇ ਦਰਖਾਸਤ ਦਿੱਤੀ ਆ ਕਿ ਮੇਰੀ ਬੀਵੀ ਉੱਧਰ ਰਹਿ ਗਈ ਆ, ਯਾਨੀ ਕਿ ਉਹ ਫਿਰ ਨਾ ਇੱਧਰ ਜਦੋਂ ਪੁਲਿਸ ਗਈ ਆ ਉਹ ਅੰਮੀ ਮੇਰੀ ਨੂੰ ਲੈ ਆਏ ਅਤੇ ਉਹ ਬੱਚੇ ਨੂੰ ਨਹੀਂ ਲਿਆਏ, ਬੱਚਾ ਉਹਨਾਂ ਨੂੰ ਨਹੀਂ ਮਿਲਿਆ, ਕਿਤੇ ਬਾਹਰ ਅੰਦਰ ਖੇਡਣ ਗਿਆ ਸੀ, ਛੋਟਾ ਬੱਚਾ ਸੀ, ਉਹਨਾਂ ਨੇ ਉਸੇ ਵਕਤ ਲੈ ਕੇ ਨਾ ਇਹਨੂੰ ਆ ਗਏ। ਵਾਲਦਾ ਮੇਰੀ ਨੇ ਕਿਹਾ ਵੀ ਆ ਕਿ ਮੇਰਾ ਬੇਟਾ, ਉਹਨਾਂ ਨੇ ਕਿਹਾ ਨਹੀਂ ਸਾਨੂੰ ਇੰਨਾ ਆਰਡਰ ਨਹੀਂ ਖਲੋਣ ਦਾ, ਕੀ ਪਤਾ ਇਸ ਟਾਈਮ ਕਿੱਥੇ ਅਤੇ ਕਿੱਥੇ ਨੇ। ਸਕੀਨਾ ਦੇ ਕੋਲ ਆਪਣੇ ਭਰਾ ਵੱਲੋਂ ਉਹਨਾਂ ਦੀ ਮਾਂ ਨੂੰ ਲਿਖੀਆਂ ਚਿੱਠੀਆਂ ਅਤੇ ਬਚਪਨ ਦੀ ਇੱਕ ਤਸਵੀਰ ਸੀ, ਜਿਸ ਸਹਾਰੇ ਉਹਨੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਰਹਿੰਦੇ ਆਪਣੇ ਭਰਾ ਨੂੰ ਲੱਭਿਆ। ਸਕੀਨਾ ਬੀਬੀ ਦੇ ਭਰਾ ਗੁਰਮੇਲ ਸਿੰਘ ਨੇ ਆਪਣੀ ਮਾਂ ਨੂੰ ਆਖਰੀ ਚਿੱਠੀ 1961 ਦੇ ਵਿੱਚ ਲਿਖੀ ਸੀ। ਫਿਰ ਉਹਨੇ ਕਿਸੇ ਦੇ ਰਾਹੀਂ ਜਾਣੀ ਕਿ ਨਾ ਖਤ ਭੇਜਦਾ ਰਿਹਾ ਅਤੇ ਇੱਧਰੋਂ ਵਾਲਦਾ ਮੇਰੀ ਵੀ ਕਿਸੇ ਕੋਲੋਂ, ਕਿਹੜਾ ਪੜ੍ਹੇ ਹੋਏ ਸੀ, ਨਾ ਮੇਰਾ ਵਾਲਦ ਪੜ੍ਹਿਆ ਸੀ ਨਾ ਵਾਲਦਾ, ਕਿਸੇ ਕੋਲੋਂ ਲਿਖਵਾ ਕੇ ਜਾਣੀ ਕਿ ਨਾ ਜਵਾਬ ਭੇਜਦੇ ਰਹੇ ਆ। ਫਿਰ ਮੈਂ ਤੀਸਰੀ ਕਲਾਸ ਦੇ ਵਿੱਚ ਸੀ ਅਤੇ ਇਹ ਕਾਗਜ਼ ਹੋਰ ਵੀ ਪਏ ਸੀ ਅਤੇ ਉਹਨਾਂ ਨੂੰ ਜਾਣੀ ਕਿ ਇੰਨਾ ਜੇਨ ਚ ਨਹੀਂ ਸੀ ਹੈ ਵੀ ਇਹ ਕਾਗਜ਼ ਦੇਖ ਲਊਗੀ। ਅਤੇ ਜਦੋਂ ਮੈਂ ਕਾਗਜ਼ ਦੇਖੇ ਨਾ ਦੇਖ ਕੇ, ਫਿਰ ਮੈਂ ਆਪਣੇ ਅੱਬੂ ਨੂੰ ਕਿਹਾ, ਮੈਂ ਕਿਹਾ ਅੱਬੂ ਜੀ ਤੁਸੀਂ ਮੇਰੇ ਅੱਗੇ ਝੂਠ ਬੋਲਿਆ ਵਾ, ਇਹ ਤਾਂ ਭਾਈ ਹੈ ਮੇਰਾ, ਆਹ ਵੇਖੋ ਕਾਗਜ਼ ਮੈਂ ਸਾਰੇ ਪੜ੍ਹ ਲਏ। ਉਹਨਾਂ ਨੇ ਕਿਹਾ ਕਿ ਤੈਨੂੰ ਅਸੀਂ ਇਸ ਵਜ੍ਹਾ ਤੋਂ ਨਹੀਂ ਸੀ ਦੱਸਦੇ ਕਿ ਤੇਰੀ ਵਾਲਦਾ ਬਿਮਾਰ ਹੋ ਕੇ ਉਹਦੇ ਗਮ ਦੇ ਨਾਲ ਮਰ ਗਈ ਆ, ਅਤੇ ਤੂੰ ਬੱਚੀ ਆ, ਤੇਰਾ ਬੱਚਾ ਜੇਣ ਅਤੇ ਤੂੰ ਦਿਲ 'ਤੇ ਲਾ ਲੈ। ਲੁਧਿਆਣਾ ਦੇ ਪਿੰਡ ਜੱਸੋਵਾਲ ਦੇ ਗੁਰਮੇਲ ਸਿੰਘ ਨੇ ਦੱਸਿਆ ਕਿ ਬਾਬੇ ਨਾਨਕ ਦੇ ਦਰ 'ਤੇ ਅਰਦਾਸ ਪੂਰੀ ਹੋਈ, ਉਹ ਆਪਣੀ ਭੈਣ ਨੂੰ ਮਿਲੇ। ਜਦੋਂ ਉਹਨਾਂ ਦੀ ਰੀਝ ਪੂਰੀ ਹੋਈ ਕਿ ਮੇਰੀ ਭੈਣ ਵੀ ਮੇਰੇ ਗੁੱਟ 'ਤੇ ਕਦੇ ਰੱਖੜੀ ਬੰਨੇ, ਸੋ ਬਾਬੇ ਨਾਨਕ ਦੇ ਘਰ ਦੇ ਵਿੱਚ ਜਾ ਕੇ ਇਹਨਾਂ ਕਈ ਸਾਲਾਂ ਤੋਂ ਵਿਛੜੇ ਭੈਣ ਭਰਾਵਾਂ ਦਾ ਮੇਲ ਹੋਇਆ। ਬਜ਼ੁਰਗ ਮੈਨੂੰ ਕਹਿੰਦੇ ਹੁੰਦੇ, ਕਹਿੰਦੇ ਵੀ ਤੇਰੀ ਭੈਣ ਨੂੰ ਤੇਰੀ ਮਾਂ ਦੇ ਨਾਲ ਹੀ ਲੈ ਗਈ ਮੇਲ, ਤਾਂ ਫਿਰ ਮੇਰੀ ਭੈਣ ਨੇ ਖੋਜ ਕੀਤੀ, ਮੇਰੀ ਭੈਣ ਨੇ ਉਹਨੂੰ ਸਾਰਾ ਐਡਰੈਸ ਮੇਰੀ ਮਾਂ ਦੇ ਗਈ ਸੀਗੀ ਉਹਦੇ 'ਤੇ, ਫਿਰ ਉਹ ਸਾਰਾ ਉਹ ਜਿਹੜਾ ਵੀ ਇੱਧਰ ਜੱਥਾ ਜਾਂਦਾ ਉਹ ਜੱਥੇ 'ਚ ਦੇਖਦੀ ਸੀ ਮੇਰਾ ਭਰਾ ਆਇਆ ਹੋਊਗਾ। ਜਾਣੀ ਇਹ ਗੱਲਬਾਤ ਨੂੰ ਤਾਂ ਸਾਡਾ ਹੋ ਗਿਆ ਜੀ ਸਾਲ ਡੇਢ ਸਾਲ ਦੀ ਚੱਲਦੀ ਨੂੰ, ਹੋਰ ਦੋ ਤਿੰਨ ਕੁ ਮਹੀਨੇ ਤੋਂ ਜਾਣੀ ਜਾ ਕੇ ਆਇਆ, ਫਿਰ ਮਿਲ ਕੇ ਆਇਆ। ਉੱਥੇ ਦਾ ਬਸ ਆਹੀ ਗੁਰਦੁਆਰਾ ਹੀ ਮੈਨੂੰ ਯਾਦਗੀਰੀ ਦੀ ਵਧੀਆ ਲੱਗਿਆ, ਗੁਰਦੁਆਰਾ ਬਹੁਤ ਵਧੀਆ। ਸਦਕੇ ਜਾਈਏ ਉਸ ਦਰ 'ਤੇ ਜਿੱਥੇ ਕੋਈ ਛੋਟਾ ਵੱਡਾ ਨਹੀਂ, ਸਭ ਬਰਾਬਰ ਨੇ। ਪਾਕਿਸਤਾਨ ਦੇ ਵਿੱਚ ਸੁਭਾਏਮਾਨ ਗੁਰੂ ਨਾਨਕ ਦੇ ਘਰ ਕਈਆਂ ਦੀਆਂ ਮੁਰਾਦਾਂ ਪੂਰਨ ਹੋਈਆਂ। ਉਹਨਾਂ ਦੇ ਵਿੱਚੋਂ ਇੱਕ ਪਰਿਵਾਰ ਗੁਰਮੇਲ ਸਿੰਘ ਅਤੇ ਸਕੀਨਾ ਦਾ ਵੀ ਸੀ, ਜਿਨ੍ਹਾਂ ਲਈ ਇਹ ਕੋਰੀਡੋਰ ਕਿਸੇ ਸੌਗਾਤ ਨਾਲੋਂ ਘੱਟ ਨਹੀਂ ਸੀ। ਲੁਧਿਆਣਾ ਤੋਂ ਅਰੁਣ ਕੁਮਾਰ ਦੀ ਰਿਪੋਰਟ, ਡੇਲੀ ਪੋਸਟ, ਪੰਜਾਬ, ਹਰਿਆਣਾ, ਹਿਮਾਚਲ। 9 ਨਵੰਬਰ 2019 ਦਾ ਦਿਨ ਇਤਿਹਾਸਿਕ ਪੰਨਿਆਂ ਦੇ ਵਿੱਚ ਲਿਖਿਆ ਜਾ ਚੁੱਕਾ ਹੈ। ਸੁਨਹਿਰੀ ਅੱਖਰਾਂ ਦੇ ਵਿੱਚ ਇਸ ਦੀ ਜਿੰਨੀ ਤਾਰੀਫ ਕੀਤੀ ਜਾਵੇ ਉਹ ਘੱਟ ਹੈ। ਦੋ ਸਰਕਾਰਾਂ ਨੇ ਗੁੱਸੇ ਗਿਲੇ ਸ਼ਿਕਵੇ ਭੁੱਲ ਕੇ ਸਿੱਖ ਸ਼ਰਧਾਲੂਆਂ ਦੀ ਭਾਵਨਾਵਾਂ ਨੂੰ ਅੱਗੇ ਰੱਖਦਿਆਂ ਹੋਇਆਂ ਗੁਰੂ ਦੇ ਦਰ ਦੇ ਦਰਸ਼ਨ ਬਖਸ਼ੇ ਅਤੇ ਵਾਕਈ ਇੱਕ ਕੋਰੀਡੋਰ ਸ਼ਾਂਤੀ ਦਾ ਪ੍ਰਤੀਕ ਵੀ ਸਾਬਤ ਹੋਇਆ। ਇਹ ਗਲਤ ਗੱਲ ਨਹੀਂ ਹੋਵੇਗੀ ਜੇਕਰ ਅਸੀਂ ਉਸ ਬਾਬੇ ਦੇ ਦਰ ਨੂੰ ਅਤੇ ਉਸ ਕੋਰੀਡੋਰ ਨੂੰ ਮੁਹੱਬਤਾਂ ਦਾ ਲਾਂਘਾ ਆਖ ਦਈਏ।